सिटी होम न्यूज़ देख रहे सारे दर्शकों का मैं नलिनी स्वागत कर दिया। श्रोमणी अकाली दल के बुलारे विरसा सिंह वलटोहा वालों बंदी सिंघा की रिहाई लई प्रेस कॉन्फ्रेंस की गई। इस मौके पर विरसा सिंह वलटोहा ने कहा है कि जो राजीव गांधी के कातलों नूं रिहा किया गया असी कोई सवाल नहीं उठाया अते उन्होंने बिलकिस बानो के दोषी नूं भी रिहा कर दिता अते सिख नौजवानों नूं बेरहमी नाल मारन वाले पुलिस अधिकारी भी बाहर हैं पर बंदी सिखा नूं रिहा नहीं किया गया है। तो प्रोफेसर दमिंदर पाल सिंह पुलर केजरीवाल के कारण जेल अंदर बंद हैं। उन्होंने कहा है कि अज भी असी सिखी लई कुर्बानियां की गल कर रहे हैं पर जिन्होंने पहला ही कुर्बानियां दित्तियां सन उन्होंने असी की किया है। सानू बंदी सिंघा लई तमिलनाडु वांग एक मंच ते खड़े होकर रिहाई लई सरकार ते दबाव पाण दी लोड़ है अते पंजाब सरकार नू भी सोचना चाहिए है कि पंजाब दे केड़े हालात बन रहे हैं अते अज सानू पंजाब नू बचाउण दी लोड़ है। देखो बंदी सिंघा दा मसला बड़े लंबे समय तो चर्चा च है। मेरे वर्गे भी गल करदे आ, कई जथेबंदियां भी करदियां ने, कई राजनीतिक पार्टियां भी करदियां ने, बड़े वड्डे पद्धर ते मंग उठती है पर उनू बूर पैंदा किसी भी तरह नज़र नहीं आ रहा। सगों बंदी सिंघां दी रिहाई नू लैके अड़चना सामने जरूर आ रही है। हुण भाई गुरमीत सिंह इंजीनियर ने जिहड़े 27 साल तो बेअंत सिंह दे कतल केस च बड़ायल जेल च बंद और उन्हां दी प्री मच्योर रिलीज जिहड़ी है रिहाई दा केस सी जिहड़ा ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਕਿਉਂਕਿ ਯੂਟੀ ਚੰਡੀਗੜ੍ਹ ਦਾ ਕੇਸ ਸੀਗਾ। ਹਾਈ ਕੋਰਟ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਔਰ ਕੁਦਰਤੀ ਹੈ ਕਿ ਜਿਹੜਾ ਯੂਟੀ ਹੈ ਜਾਂ ਜਿਹੜੀ ਵੀ ਕੋਈ ਸੰਬੰਧਿਤ ਸਟੇਟ ਹੁੰਦੀ ਹੈ ਉਹਨੇ ਜਿਹੜਾ ਦੋਸ਼ੀ ਹੁੰਦਾ ਆ ਜਾਂ ਜਿਹੜਾ ਕੈਦੀ ਹੁੰਦਾ ਆ ਉਹਦੇ ਸੰਬੰਧਿਤ ਜ਼ਿਲ੍ਹੇ ਤੋਂ ਰਿਪੋਰਟ ਲੈਣੀ ਹੁੰਦੀ ਹੈ ਔਰ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਨੇ ਲਗਭਗ 14 ਵਾਰਾਂ ਨੋਟਿਸ ਭੇਜਿਆ, ਰਿਮਾਈਂਡਰ ਭੇਜਿਆ ਡੀਸੀ ਪਟਿਆਲਾ ਨੂੰ ਕਿ ਹਾਈ ਕੋਰਟ ਦੇ ਆ ਹੁਕਮ ਨੇ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਬਾਰੇ ਤੁਸੀਂ ਆਪਣੀ ਰਿਪੋਰਟ ਕਰੋ। ਹੁਣ ਫਰਜ਼ ਤੇ ਬਣਦਾ ਸੀਗਾ ਕਿ ਇਸੇ ਡੀਸੀ ਦੇ ਹੁਕਮਾਂ ਦੇ ਤਹਿਤ ਉਹ ਪਿਛਲੇ 10 ਸਾਲਾਂ ਤੋਂ ਪੈਰੋਲ ਕੱਟ ਰਹੇ ਆ, ਕੋਈ ਸ਼ਿਕਾਇਤ ਨਹੀਂ ਔਰ ਇਹੀ ਡੀਸੀ ਰਿਪੋਰਟ ਕਰ ਰਿਹਾ ਹੈ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਇਸ ਕਰਕੇ ਰਿਹਾਅ ਨਾ ਕੀਤਾ ਜਾਵੇ ਕਿ ਇਹਨਾਂ ਦੇ ਰਿਹਾਅ ਹੋਣ ਦੇ ਨਾਲ ਅਮਨ ਅਤੇ ਕਾਨੂੰਨ ਨੂੰ ਖਤਰਾ ਹੈ। ਤੁਸੀਂ ਦੱਸੋ ਕਿੱਥੇ ਜਾਵਾਂਗੇ। ਪਰ ਮੈਂ ਮਹਿਸੂਸ ਕਰਦਾ ਕਿ ਡੀਸੀ ਦੇ ਵਾਸਤੇ ਗੱਲ ਨਹੀਂ ਗੀ, ਇਹ ਭਗਵੰਤ ਮਾਨ ਅਤੇ ਕੇਜਰੀਵਾਲ ਦੀਆਂ ਹਦਾਇਤਾਂ 'ਤੇ ਅਜਿਹਾ ਕੀਤਾ ਗਿਆ ਆ। ਇਹ ਦੇਖੋ ਲਗਭਗ ਅਕਤੂਬਰ 2021 ਤੋਂ ਲੈ ਕੇ ਇਹ ਪਟੀਸ਼ਨ ਪਾਈ ਹੋਈ ਸੀ ਔਰ ਹੁਣ ਜਿਹੜਾ ਆ ਇਹਨਾਂ ਨੇ ਆਣ ਕੇ ਸਤੰਬਰ ਦੇ ਵਿੱਚ ਡੀਸੀ ਪਟਿਆਲਾ ਨੇ ਯੂਟੀ ਚੰਡੀਗੜ੍ਹ ਨੂੰ ਆਪਦੀ ਰਿਪੋਰਟ ਬਣਾ ਕੇ ਭੇਜੀ ਅਤੇ 18 ਨਵੰਬਰ ਨੂੰ ਜਿਹੜਾ ਆ ਉਹਦੇ ਉੱਤੇ ਜਿਹੜਾ ਫੈਸਲਾ ਆ ਉਹ ਹਾਈਕੋਰਟ ਨੇ ਸੁਣਾਇਆ ਅਤੇ ਜਿਹਦੇ ਵਿੱਚ ਡੀਸੀ ਦੀ ਰਿਪੋਰਟ ਦੇ ਉੱਤੇ ਜੋ ਚੰਡੀਗੜ੍ਹ ਪ੍ਰਸ਼ਾਸਨ ਨੇ ਰੈਕਮੈਂਡੇਸ਼ਨ ਕੀਤੀ ਆ, ਜਵਾਬ ਦਿੱਤਾ ਆ, ਉਹਦੇ ਆਧਾਰ 'ਤੇ ਉਹ ਰੱਦ ਕਰ ਦਿੱਤੀ ਗਈ। ਹੁਣ ਅਗਲਾ ਕੀ ਸਟੈਪ ਹੋਊਗਾ, ਤੁਸੀਂ ਕੀ ਦੇਖਦੇ ਹੋ ਕਿਉਂਕਿ ਸਰਕਾਰ ਤੁਹਾਡੀ ਵੀ ਰਹੀ ਹੈ, ਭਾਜਪਾ ਦੇ ਨਾਲ ਰਹੀ ਹੈ, ਭਾਜਪਾ ਦੇ ਰਾਸ਼ਟਰਪਤੀ ਸਾਡੇ ਨਾਲ ਉੱਚੇ ਜਿਹੜੇ ਭਾਜਪਾ ਨੇ ਉਹ ਵੀ ਭਾਜਪਾ ਤੋਂ ਨੇ ਅਤੇ ਕੀ ਮਤਲਬ ਕੀ ਐਫਰਟ ਕੀਤੇ ਗਏ ਜਾਂ ਕੀ ਰਹਿ ਗਏ ਐਫਰਟ ਜਿਹੜੇ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਪੋਸੀਬਲ ਨਹੀਂ ਹੋ ਸਕੀ? ਨਹੀਂ ਦੇਖੋ ਜਿੱਥੋਂ ਤੱਕ ਸਾਡੀ ਸਰਕਾਰ ਦਾ ਸਮਾਂ ਸੀਗਾ ਉਸ ਸਮੇਂ ਅਸੀਂ ਭਾਵੇਂ 2003 ਤੋਂ ਹੀ ਜਦੋਂ ਉਹਨਾਂ ਨੂੰ ਸਜ਼ਾਵਾਂ ਹੋਈਆਂ ਸੀ ਉਸ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਇਹ ਹਾਲਾਤਾਂ ਦੇ ਵੱਸ ਚੁੱਕੇ ਹੋਏ ਕਦਮ ਨੇ, ਇਹ ਕੋਈ ਕ੍ਰਿਮੀਨਲ ਬੰਦੇ ਨਹੀਂ ਗੇ, ਇਹਨਾਂ ਨੂੰ ਰਾਜਸੀ ਕੈਦੀ ਸਮਝ ਕੇ ਮੰਨ ਕੇ ਇਹਨਾਂ ਬਾਰੇ ਜਿਹੜਾ ਫੈਸਲਾ ਲੈਣਾ ਚਾਹੀਦਾ ਹੈ ਔਰ 2007 ਤੋਂ ਲੈ ਕੇ 2017 ਦੀ ਸਰਕਾਰ ਦੇ 10 ਸਾਲ ਦੇ ਪੀਰੀਅਡ ਵਿੱਚ ਵੀ ਅਸੀਂ ਬੜੀ ਵਾਰਾਂ ਮੰਗ ਉਠਾਈ ਔਰ ਵਿਧਾਨ ਸਭਾ ਦੇ ਵਿੱਚ ਵੀ ਔਰ ਇੱਥੋਂ ਤੱਕ ਕਿ ਭਾਈ ਬਲਵੰਤ ਸਿੰਘ ਰਾਜਵਾਣਾ ਨੂੰ ਫਾਂਸੀ ਲਾਉਣ ਦੇ ਹੁਕਮ ਜੇਲ੍ਹ ਦੀ ਡਿਊਟੀ ਪਹੁੰਚ ਗਏ ਸੀਗੇ। ਕਦੀ ਅਜਿਹੇ ਹੁਕਮ ਜਿਹੜੇ ਆ ਵਾਪਸ ਨਹੀਂ ਜਾਂਦੇ ਹੁੰਦੇ, ਇਹ ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰਾਂ ਕਿ ਆਏ ਹੋਏ ਫਾਂਸੀ ਦੇ ਹੁਕਮ ਜਿਹੜੇ ਨੇ ਉਹ ਵਾਪਸ ਗਏ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਪ੍ਰਾਪਤੀ ਹੈ ਪਰ ਕਿਉਂਕਿ ਉਸ ਸਮੇਂ ਅਜੇ ਆਪਾਂ ਕਹਿ ਲਈਏ ਕਿ ਇਹ ਨਹੀਂ ਕਹਿ ਸਕਦੇ ਕਿ ਵੀ ਇਹ ਸਜ਼ਾਵਾਂ ਤੋਂ ਦੁਨੀਆ ਸਜ਼ਾਵਾਂ ਭੁੱਤ ਚੁੱਕੇ ਆ ਅਤੇ ਹੁਣ ਜਿੱਥੋਂ ਤੱਕ ਸਟੇਜ ਆ ਗਈ ਆ ਜਿੰਨੀਆਂ ਜਿੰਨਾ ਸਮਾਂ ਹੋ ਗਿਆ ਆ ਹਾਂਜੀ
तुसी राजीव गांधी के कातलों नूं रिहा कर दिता, सानू कोई इतराज नहीं। तुसी बलकीस बानो दे परिवार के कातलों नूं उहदे बलात्कारियों नूं रिहा कर दिता, ताडी मर्जी है। तुसी ओ पुलिस अफसर जिन्होंने बेगुनाह नौजवान सिख नौजवानों झूठे पुलिस मुकाबलों च मारिया, तो जिन्हों अदालतों ने CBI कोर्ट्स ने दोषी मन के उम्र कैद दी सजावां कीतियां, तुसी ओ रिहा कर दिते थोड़ियां थोड़ियां सजावं भुगतन ते ही, तो फिर बंदी सिंह रिहा क्यों नहीं करते? ये मतलब यदा फिर मतलब है कि BJP के कहने सारा कुछ हो रहा है, तो BJP आने सब कुछ कर सकती है। और दूसरी गल है कि जोड़े माइनोरिटी कमीशन के जोड़े चेयरमैन ने लालपुरा साहब, उन्होंने थ्रू जरा भी कहा जा रहा है भी वो बड़ी कोशिश कर रहे बंदी सिंह रिहाई की, कि तुम समझते हो कि क्रैडिट लेना चाह रही है या जान बुझ के रोकया किसी खास मौके का इंतजार कर रहे हैं BJP? देखो सब तो पहली तो गल है कि जी केंद्र सरकार जिस दिन उन्हें फैसला ले लिया कि बंदी सिंह रिहा करने, चाहे वह कर्नाटका का कैदी है, तो चाहे तिहाड़ जेल का कैदी है, तो चाहे चंडीगढ़ UT का कैदी है, सारे रिहा हो जाने। पर क्योंकि केंद्र सरकार ही गंभीर नज़र नहीं आती, जिन्हें 550 साल के मौके पर आपका ही नोटिफिकेशन जारी करके आप ही लागू नहीं किया, आप ही एक तरह मुनकर हो गई, अजे तक उन्होंने गंभीरता नज़र नहीं आती। असी कहने कि सारा लाहा ताडे खाते च पा देंगे, सारा क्रैडिट तुहानू देवांगे, बंदी सिंह रिहा कर दे। दूसरे बने जो केजरीवाल है, प्रोफेसर दविंदर पाल सिंह भुल्लर की रिहाई की फाइल 1 साल तो उत्ते हो गया, उन्होंने टेबल पर पई है, वो बारे फैसला नहीं लिया जा रहा। और लगभग 1.5 साल तो नोट्स से नोट्स जोड़ा केजरीवाल उन्होंने रिहाई संबंधी पंजाब एंड हरियाणा हाईकोर्ट वालों भेजा जा रहा है, केजरीवाल सरकार जी है उस नोट्स का कोई जवाब नहीं दे रही। जो तो सरकार यहोजे कदमों आ जाएगी फिर दुख हों। मैं नाल ही बेनती करूँगा समुचे समूह पंजाबी भाईचारे ना समझा जाए कि सिखा का मसला है, ये साडा सारिया का मसला है, साडा सांझा मसला है, असी भाईचारक सांझ वधाउणी है। कोई नहीं चाहता कि वो जो बीते विच मौका समा आया सीगा अजिहा समा पंजाब दे उत्ते भौं के फिर आवे, पर जे असी रल के जिहड़ा पंजाब दा इस वेले सब तो वड्डा मुद्दा आ बंदी सिंह दी रिहाई दा, उहदे विच सारे चाहे सिख है, चाहे हिंदू है, चाहे मुसलमान है, चाहे ईसाई है, सांझे रूप से योगदान पाउणे है, ते तामर कौम दे वांग आपां इतिहास सिरज दीए, सरकारां नूं मजबूर कर दीए कि साडे जिहड़े बंदी सिंह आ रिहा होने चाहिए, इहदे नाल भाईचारक सांझ वधेगी और पंजाब तरक्की भी करेगी। लॉ एंड ऑर्डर ते देखिया जावे। अमृतसर तो सुनील खोसला की रिपोर्ट, सिटी होम न्यूज़।